ਦੇ ਦੱਸ ਦੇ ਚੈਕਿੰਗ ਕੀਤੀ ਹੈ ਸਟੇਸ਼ਨ ਦੀ ਦੋਸਤੋ। ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੀ ਪੰਜਾਬ ਆਮਦ ਦੇ ਸੰਬੰਧ ਵਿੱਚ ਅਤੇ ਜੋ ਕੱਲ੍ਹ ਰੀਸੈਂਟ ਵਾਕਿਆ ਹੋਇਆ ਸੁਦੇਸ਼ਵਰੀ ਪ੍ਰਧਾਨ ਸ਼ਿਵ ਸੈਨਾ ਪੰਜਾਬ ਦੀ ਜਿਹੜੀ ਹੱਤਿਆ ਹੋਈ ਉਹਦੇ ਸੰਬੰਧ ਵਿੱਚ ਰੇਲਵੇ ਸਟੇਸ਼ਨ ਪਟਿਆਲਾ ਵਿਖੇ RPF ਸਟਾਫ, GRP ਸਟਾਫ, ਐਂਟੀ ਸਬੋਟੇਜ ਚੈਕਿੰਗ ਸਟਾਫ ਲੋਸ ਕਾਰਡ ਨੂੰ ਹੁੰਡਾ ਲੈ ਕੇ ਅਸੀਂ ਚੈਕਿੰਗ ਕੀਤੀ ਅੱਜ। ਪਲੇਟਫਾਰਮਾਂ ਪਰ ਸਰਕੂਲੇਟਿੰਗ ਏਰੀਆ, ਯਾਰਡ ਏਰੀਆ, ਸਾਈਕਲ ਸਟੈਂਡ, ਇਹਨਾਂ ਸਾਰੇ ਥਾਵਾਂ ਨੂੰ ਚੈੱਕ ਕੀਤਾ ਅਤੇ ਚੈਕਿੰਗ ਦੌਰਾਨ ਸਾਨੂੰ ਕੋਈ ਸ਼ੱਕੀ ਜਾਂ ਲਿਬਾਸ ਵਸਤੂ ਨਹੀਂ ਮਿਲੀ ਅਤੇ ਸਭ ਠੀਕ ਠਾਕ ਹੈ, ਮਨਮਾਨ ਹੈ। ਯਾਤਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਯਾਤਰੀਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਆਪਣੇ ਸਮਾਨ ਦੀ ਤੁਸੀਂ ਸਾਂਭ ਸੰਭਾਲ ਰੱਖੋ। ਕੋਈ ਸ਼ੱਕੀ ਚੀਜ਼ ਹੈ ਜਾਂ ਲਿਬਾਸ ਵਸਤੂ ਹੈ, ਕੋਈ ਟਿਫਨ ਹੈ, ਕੋਈ ਵੀ ਸ਼ੱਕੀ ਵਸਤੂ ਮਿਲਦੀ ਹੈ ਉਹਨੂੰ ਹੱਥ ਨਾ ਲਓ, ਛੂਹੋ ਨਾ, ਉਹਨੂੰ ਸਾਨੂੰ ਤੁਰੰਤ ਤਰਾਹ ਦਿਓ ਤਾਂ ਜੋ ਅਸੀਂ ਇਹਦੀ ਬਣਦੀ ਕਾਰਵਾਈ ਕਰ ਸਕੀਏ।